ਰਾਮ ਭਗਤੀ ਦੇ ਵਿੱਚ ਹਰ ਇੱਕ ਬੰਦਾ ਰੰਗਿਆ ਹੋਇਆ ਸੀ, ਪਰ ਕਈ ਲੋਕ ਤਾਂ ਜਮਾਂ ਹੀ ਮਤਲਬ ਕਹਿ ਸਕਦੇ ਹਾਂ ਵੀ ਇੰਨੇ ਹੀ ਜ਼ਿਆਦਾ ਪਾਗਲ ਹੋ ਗਏ, ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਰੂਲ ਤੋੜਤੇ। ਕਾਨਪੁਰ ਯੂਪੀ ਦਾ ਇਹ ਮਸਲਾ ਆ, ਦੇਖ ਲਓ ਤੁਸੀਂ, ਸਕੋਰਪੀਓ 'ਤੇ ਚੜ੍ਹਿਆ ਪਿਆ ਇਹ ਨੌਜਵਾਨ, ਹੱਥ ਦੇ ਵਿੱਚ ਝੰਡਾ, ਚਲੋ ਠੀਕ ਹੈ ਯਾਰ, ਰਾਮ ਮੰਦਰ ਬਣ ਰਿਹਾ, ਖੁਸ਼ੀ ਹਰ ਇੱਕ ਬੰਦੇ ਨੂੰ ਹੈ, ਪਰ ਖੁਸ਼ੀ ਦਾ ਟਿਕਾਣਾ ਦੇਖ ਲਓ ਤੁਸੀਂ, ਇਹਦਾ ਚਲਾਨ ਹੋ ਗਿਆ ਫਿਰ ਦੋਨੇ ਸਕੋਰਪੀਓ ਦਾ ਜਿਹੜਾ ਚਲਾਨ ਹੋਇਆਗਾ। ਪਹਿਲਾਂ ਵੀਡੀਓ ਚੱਲ ਰਹੀ ਹੈ, ਵੀਡੀਓ ਨੂੰ ਨਾਲ ਨਾਲ ਦੇਖੋ ਵੀ ਫਿਲਮੀ ਸਟਾਈਲ 'ਚ ਇਹ ਬੰਦਾ ਦੋਨੇ ਸਕੋਰਪੀਓ 'ਤੇ ਚੜ੍ਹਿਆ ਤਾਂ ਫਿਰਦਾ, ਇਹਨੂੰ ਡਰ ਨਹੀਂ ਲੱਗ ਰਿਹਾ, ਭੈ ਨਹੀਂ ਹੈਗਾ ਬਿਲਕੁਲ ਵੀ ਮੌਤ ਦਾ। ਇਹਦਾ 22,500 ਦਾ ਚਲਾਨ ਹੋਇਆ ਦੋਸਤੋ। ਪਹਿਲਾਂ ਤਾਂ ਨੰਬਰ ਪਲੇਟਾਂ ਸੀਗੀਆਂ, ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਸੀ ਸਹੀ, ਅਤੇ ਦੂਸਰਾ ਇਹ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਉਲੰਘਣਾ ਕੀਤੀ ਇਹਨੇ, ਤਾਂ ਇਹਦਾ ਚਲਾਨ ਕੱਟਿਆ ਗਿਆ, ਫਿਰ ਇਹਨੂੰ ਜਾ ਕੇ ਕਿਤੇ ਅਕਲ ਆਈ ਹੋਣੀ। ਦੋਸਤੋ ਯੂਪੀ ਦੇ ਕਾਨਪੁਰ 'ਚ ਇਹ ਮਾਮਲਾ ਜਿਹੜਾ ਦਰਜ ਹੋਇਆ, ਖੁਸ਼ੀ ਯਾਰ ਹਰ ਇੱਕ ਬੰਦੇ ਨੂੰ ਹੁੰਦੀ ਹੈ, ਤੁਸੀਂ ਦੱਸਿਓ ਕਿ ਖੁਸ਼ੀ ਦੇ ਵਿੱਚ ਰੂਲ ਤੋੜਨਾ ਸਹੀ ਹੈ ਜਾਂ ਗਲਤ ਹੈ। ਪਹਿਲਾਂ ਤਾਂ ਕਮੈਂਟਾਂ ਦੇ ਵਿੱਚ ਆਪਦੀ ਰਾਏ ਜ਼ਰੂਰ ਸਾਂਝੀ ਕਰਿਓ ਦੋਸਤੋ, ਲਾਈਕ ਕਰਕੇ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਆਪਦੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ। ਆਹ ਦੇਖ ਲਓ ਤੁਸੀਂ, ਖੁਸ਼ੀ ਇੰਨੀ ਜ਼ਿਆਦਾ ਕਿ 2 ਸਕੋਰਪੀਓ ਦੇ ਬੋਨਟ 'ਤੇ ਚੜ੍ਹ ਗਿਆ, ਹੱਥ 'ਚ ਝੰਡਾ ਫੜ ਲਿਆ, ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਿਹਾ ਅਤੇ ਨਾਲ ਨਾਲ ਜਿਹੜਾ ਲੋਕਾਂ ਨੂੰ ਇਹ ਵੀ ਦੱਸ ਰਿਹਾ ਕਿ ਖੁਸ਼ੀ ਕਿੰਨੀ ਆ। ਪਰ ਖੁਸ਼ੀ ਦੇ ਵਿੱਚ ਇਹ ਭੁੱਲ ਗਿਆ ਇਹ ਕਿ ਇਹ ਕਾਨੂੰਨ ਦੀ ਉਲੰਘਣਾ ਕਰ ਗਿਆ ਅਤੇ ਇਹਦਾ ਜਿਹੜਾ ਚਲਾਨ ਹੋ ਗਿਆ 22,500 ਰੁਪਏ ਦਾ। ਇਹਨੂੰ ਪਤਾ ਤਾਂ ਫਿਰ ਹੀ ਲੱਗਿਆ ਹੋਣਾ ਕਿ ਯਾਰ ਰਾਮ ਭਗਤੀ ਬਣਦੀ ਹੈ, ਹਰ ਇੱਕ ਬੰਦਾ ਰਾਮ ਭਗਤ ਹੋ ਸਕਦਾ, ਪਰ ਇੰਨਾ ਵੀ ਜ਼ਿਆਦਾ ਕੀ ਕਿ ਤੁਸੀਂ ਰੂਲ ਜਿਹੜੇ ਕਾਨੂੰਨ ਦੀ ਉਲੰਘਣਾ ਕਰ ਸਕਦੇ ਹੋ ਤਾਂ ਫਿਰ ਚਲਾਨ ਤਾਂ ਭੁਗਤਣਾ ਬਣਦਾ। ਇਹਨੂੰ ਮਹਿੰਗਾ ਪੈ ਗਿਆ, ਫਿਲਮੀ ਸਟਾਈਲ 'ਚ 2 ਗੱਡੀਆਂ 'ਤੇ ਚੜ੍ਹ ਕੇ ਆਉਣਾ, ਇਹਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ। ਪਤਾ ਲੱਗਿਆ ਵੀ ਹੋਣਾ ਕਿਉਂਕਿ ਸਕੋਰਪੀਓ 'ਤੇ ਇਹ ਐਕਟਰ ਬਣਿਆ ਤਾਂ ਚੜ੍ਹਿਆ ਫਿਰਦਾ, ਪਰ ਜਦੋਂ ਚਲਾਨ ਕੱਟਿਆ ਗਿਆ ਉਦੋਂ ਪਤਾ ਲੱਗਿਆ ਵੀ ਹਾਂ ਵੀ ਕੋਈ ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਹੈਗੀ ਹੈ। ਤਾਂ ਦੋਸਤੋ ਕਮੈਂਟ ਕਰਕੇ ਨਾ ਆਪਦੀ ਰਾਏ ਜ਼ਰੂਰ ਦਿਓ। ਆ ਵੀਡੀਓ ਜਿਹੜੀ ਨਾਲ ਨਾਲ ਚੱਲੀ ਜਾਂਦੀ ਹੈ ਦੇਖ ਲਓ ਤੁਸੀਂ, ਹੱਥ 'ਚ ਝੰਡਾ ਅਤੇ 2 ਸਕੋਰਪੀਓ ਦੇ ਬੋਨਟ 'ਤੇ ਚੜ੍ਹਿਆ ਫਿਰਦਾ, ਅਤੇ ਜਮਾਂ ਕਿਸੇ ਗੱਲ ਦਾ ਡਰ ਨਹੀਂ ਕਿ ਯਾਰ ਕਿਤੇ ਡਿੱਗ ਪਏ ਕੋਈ ਬੰਦਾ, ਐਕਸੀਡੈਂਟ ਹੋ ਜੇ ਜਾਂ ਕਿਤੇ ਜੇ ਸੱਟ ਫੇਟ ਲੱਗ ਜੇ, ਜਮਾਂ ਡਰ ਨਹੀਂ। ਠੀਕ ਹੈ ਯਾਰ, ਖੁਸ਼ੀ ਪੂਰੇ ਦੇਸ਼ ਨੇ ਮਨਾਈ ਹੈ, ਹਰ ਇੱਕ ਬੰਦਾ ਮਤਲਬ ਖੁਸ਼ੀ 'ਚ ਝੂਮ ਰਿਹਾ ਸੀ ਉਸ ਦਿਨ, ਪਰ ਇੰਨਾ ਨਹੀਂ ਕਿ ਕਾਨੂੰਨ ਭੁੱਲ ਜਾਓ, ਕਾਨੂੰਨ ਦੇ ਜਿਹੜੇ ਰੂਲ ਹੁੰਦੇ ਨੇ ਉਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ। ਅਤੇ ਦੋਸਤੋ ਕਿਹੜੇ ਕਿਹੜੇ ਦੋਸਤ ਇਸ ਨੂੰ ਸਹੀ ਦੱਸ ਰਹੇ ਆ ਜਾਂ ਗਲਤ ਦੱਸ ਰਹੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ। ਮਿਲਦੇ ਹਾਂ ਇੱਕ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।